ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਤੇ ਸਿਆਸਤ ਜਾਰੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਇਸ ਮਾਮਲੇ ਤੇ ਹੋਈ ਬਹਿਸ ਤੋਂ ਭੱਜਣ ਤੋਂ ਬਾਅਦ ਹੁਣ ਬੀਜੇਪੀ ਅਕਾਲੀ ਦਲ ਦਾ ਬਚਾਅ ਕਰ ਰਹੀ ਹੈ। ਪੰਜਾਬ ਵਿੱਚ ਅਕਾਲੀ ਦਲ ਦੀ ਭਾਈਵਾਲ ਬੀਜੇਪੀ ਦੇ ਆਗੂ ਤਰਨ ਚੁੱਗ ਨੇ ਕਿਹਾ ਕਿ ਕਾਂਗਰਸ ਨੇ ਬੇਦਬੀਆਂ ਵਰਗੇ ਗੰਭੀਰ ਮਾਮਲੇ ਤੇ ਮਹਿਜ਼ ਰਾਜਨੀਤੀ ਕੀਤੀ ਹੈ। ਉਹਨਾਂ ਕਿਹਾ ਕਿ ਕਾਂਗਰਸ ਨੇ ਪੰਜਾਬ ਵਿਧਾਨ ਸਭਾ ਦੇ ਸਦਨ ਵਿੱਚ ਨਿੱਜੀ ਕੀੜਾ ਕੱਢਣ ਦੀ ਕੋਸ਼ਿਸ਼ ਕੀਤੀ ਹੈ। ਬਰਗਾੜੀ ਬੇਦਬੀ ਦਾ ਖਲ ਨਾਇਕ ਕੌਣ ਹੈ? ਬਹਿਬਲ ਕਲਾਂ ਦਾ ਖਲ ਨਾਇਕ ਕੌਣ ਹੈ? ਚੱਬਾ ਦਾ ਖਲ ਨਾਇਕ ਔਰ ਕੌਣ ਹੈ ਪੰਜਾਬ ਦੀ ਪਵਿੱਤਰ ਵਿਧਾਨ ਸਭਾ 'ਚ ਦੁਸ਼ਪੂਰਨ ਰਾਜਨੀਤੀ ਕਰਨ ਦਾ ਖਲ ਨਾਇਕ? ਜਨਤਾ ਜਾਣਦੀ ਕਿ ਕਿੰਨੇ ਇਹਨਾਂ ਮੁੱਦਿਆਂ 'ਤੇ ਰੋਟੀਆਂ ਸੇਕੀਆਂ। ਕੌਣ ਪਵਿੱਤਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਦੇ ਉੱਤੇ ਰਾਜਨੀਤੀ ਕਰ ਰਿਹਾ? ਕਾਂਗਰਸ ਔਰ ਆਮ ਆਦਮੀ ਪਾਰਟੀ ਨੇ ਇਹਨਾਂ ਮੁੱਦਿਆਂ ਦੇ ਉੱਤੇ ਪੰਜਾਬ ਦੇ ਅੰਦਰ ਰਾਜਨੀਤੀ ਸ਼ੁਰੂ ਕੀਤੀ। ਰਾਜਨੀਤਿਕ ਰੋਟੀਆਂ ਸੇਕੀਆਂ ਜਾ ਰਹੀਆਂ, ਆਪਣੇ ਉੱਲੂ ਸਿੱਧੇ ਕੀਤੇ ਜਾ ਰਹੇ। ਮੇਰੀ ਉਹਨਾਂ ਅੱਗੇ ਬੇਨਤੀ, ਖੌਫ ਖਾਓ, ਪੰਜਾਬ ਦੀ ਬੜੀ ਹਾਰਡ ਅਰਨ ਪੀਸ ਹੈ, ਉਸ ਪੀਸ ਨੂੰ ਧੱਕਾ ਨਾ ਲਾਈਏ। ਐਸਾ ਕਿ ਅਗਰ ਰਣਜੀਤ ਸਿੰਘ ਕਮਿਸ਼ਨ ਪੜ੍ਹ ਲਈਏ ਸਾਰਾ, ਤਾਂ ਕਿਰੇ ਵੀ ਪ੍ਰਕਾਸ਼ ਸਿੰਘ ਬਾਦਲ ਐਜ਼ ਏ ਗਿਲਟੀ ਨਹੀਂ ਦੱਸਦੇ। ਲੇਕਿਨ ਵਿਧਾਨ ਸਭਾ ਦੀ ਕਾਰਵਾਈ ਦੇਖੋ, ਇਉਂ ਕੀਤੀ ਗਈ ਵਿਧਾਨ ਸਭਾ ਦੀ ਕਾਰਵਾਈ ਕਿ ਇੱਕ ਪਰਸਨਲ ਮੋਟਿਵ ਲੈ ਕੇ, ਇੱਕ ਪਰਸਨੈਲਿਟੀ ਨੂੰ ਡੈਮੇਜ ਕਰਨ ਵਾਸਤੇ ਵਿਧਾਨ ਸਭਾ ਦੀ ਕਾਰਵਾਈ ਕੀਤੀ ਗਈ।